ਯੋ ਆਕਾਸ਼ਵਾਣੀ ਜੰਮੂ ਅਮੀਰ ਅੰਜਮ ਤੇ ਖਬਰ ਸੁਣੋ ਵਰ ਉਸ ਤੇ ਪਹਿਲਾਂ ਇਹ ਸੁਣਿਓ ਮੁਲਕ ਮਾ 18 ਬਰਤੇ ਮਤੀ ਉਮਰ ਦਾ ਅਫਰਾਦ ਵਾਸਤੇ 21 ਜੂਨ 2021 ਤੇ तमाम ਸਰਕਾਰੀ ਟੀਕਾ ਕਾਰੀ ਮਰਕਜ਼ਾਂ ਮਾ ਕੋਵਿਡ-19 ਮੁਖਾਲਫ ਟੀਕਾ ਲਾਇ ਜਾ ਰਹੇ ਆਈ तमाम ਲੋਕਾਂ ਨਾਲ ਅਪੀਲ ਹੈ ਜਿਵੇਂ ਯੋ ਟੀਕੋ ਜ਼ਰੂਰ ਲਵਾਵੇ ਔਰ ਅਹਤਿਆਤੀ ਚਾਰਾਂ ਵਰ ਅਮਲ ਜਾਰੀ ਰੱਖੇ ਕਿਉਂ ਜੇ ਵਬਾ ਕੋ ਖਤਰਾ ਜੂਟ ਲਿਓ ਨਹੀਂ ਜ਼ਰੂਰੀ ਕੰਮ ਦੀ ਸੂਰਤ ਮਾ ਹੀ ਕਰੋ ਬਾਹਰ ਜਾਏ ਮਾਸਕ ਲਾਵੇ ਤਾਂ ਸਮਾਜੀ ਦੂਰੀ ਬਰਕਰਾਰ ਰੱਖੇ ਜ਼ਰੂਰਤ ਪੈਣ ਦੀ ਸੂਰਤ ਮਾ ਇਨ ਫੋਨ ਨੰਬਰਾਂ ਵਰ ਰਾਤੋ ਕੀ ਹੋ ਜਾ ਸਕੇ ਨੰਬਰ ਹੈ 01123988064 ਅਤੇ 1075 ਤੇ ਹੁਣ ਖਾਸ ਖਬਰ ਕੌਮੀ ਤਹਿਕੀਕਾਤ ਏਜੰਸੀ ਨੇ ਅੱਜ ਜੰਮੂ ਕਸ਼ਮੀਰ ਦੀ 16 ਜਗ੍ਹਾਵਰ ਇੱਕ ਰਸਾਲਾ ਦਾ سلسلہ ਮਾ ਛਾਪਾ ਲਾਇਆ ਭਾਰਤ ਤੇ ਚੀਨ ਵਿਚਕਾਰ 13ਵਾਂ ਦੌਰ ਦੀ ਗੱਲਬਾਤ ਚੱਲ ਰਹੀ ਹੈ ਤਾਂ ਜੋ ਮਸ਼ਰਕੀ ਲਦਾਖ ਮਾ ਅਮਨੋ ਸਕੂਨ ਬਹਾਲ ਕੀ ਜਾ ਸਕੇ ਮੁਰਖਗੀਰਟੀਕਾਕਰੀ ਮਹਿੰਮ ਦੇ ਤਹਿਤ ਹੁਣ ਤੋੜੀ 94 ਕਰੋੜ 70 ਲੱਖ ਤੋਂ ਮੱਤੀ ਕੋਵਿਡ-19 ਖੁਰਾਕ ਦਿੱਤੀ ਜਾ ਚੁੱਕੀ ਹੈ ਤੇ ਅੱਜ ਜ਼ੈਨੀ ਸਿਹਤ ਬਾਰੇ ਆਲਮੀ ਤਿਹਾਡੋ ਮਨਾਇਆ ਜਾ ਰਿਹਾ ਹੈ ਖਬਰਾਂ ਕੀ ਤਫਸੀਲ ਨਾਲ ਪਹਿਲਾ ਜਾਵੇ ਚੌਧਰੀ ਗੋਮੀ ਤਹਿਕੀਕਾਤੀ ਏਜੰਸੀ ਨੇ ਅੱਜ ਜੰਮੂ ਕਸ਼ਮੀਰ ਕੀ 16 ਜਗ੍ਹਾਵਰ ਸ਼ਾਪਾ ਲਾਇਆ ਇਹ ਸ਼ਾਪਾ ਇੱਕ ਰਸਾਲਾ ਦਾ سلسلہ ਮਲਾਇਆ ਗਿਆ ਏਜੰਸੀ ਨੇ ਇਹ ਸ਼ਾਪਾ ਸੀਆਰਪੀਐਫ ਤੇ ਜੰਮੂ ਕਸ਼ਮੀਰ ਪੁਲਿਸ ਕੀ ਮਦਦ ਨਾਲ ਮੁਨਕਿਦ ਕੀਆ ਇਕ ਬੜੀ ਕਾਰਵਾਈ ਦੇ ਤਹਿਤ ਚੰਮੂ ਕਸ਼ਮੀਰ ਪੁਲਿਸ ਨੇ ਪਿਛਲਾ ਚੰਦ ਤੇ ਆੜਾ ਮਹਾਂਵਾਦੀ ਕਸ਼ਮੀਰ ਮਾਬਾਖ ਬਖ ਖਸ਼ਾਪਾ ਮਾ 403 ਲੋਕਾਂ ਨਾਲ ਸਵਾਲ ਜਵਾਬ ਵਾਸਤੇ ਹਿਰਾਸਤ ਮਾ ਲਿਓਏ ਖਬਰ ਸਾਂ ਏਜੰਸੀ ਯੂਐਨਏ ਦੇ ਮੁਤਾਬਕ ਇਨ ਲੋਕਾਂ ਮਾ ਸਾਬਕ ਓਵਰਗ੍ਰਾਉਂਡ ਵਰਕਰ ਤੇ ਸਾਬਕ دہشتਗੱਦ ਸ਼ਾਮਲੇ ਜਿਹੜਾ ਜੇ ਪੱਥਰਬਾਜ਼ੀ ਮਾ ਮੁਲਵਸ ਰਿਆ ਚਨਾਰ ਕੋਰ ਦਾ ਜੀਓਸੀ ਲੈਫਟੀਨੈਂਟ ਜਨਰਲ ਡੀਪੀ ਪਾਂਡੇ ਨੇ ਹਾਲ ਹੀ ਮਾ ਦਹਿਸ਼ਤਗਰਦਾਂ ਦੀ ਤਰਫੋਂ ਕੀਤੀ ਗਈ ਹਲਾਕਤਾਂ ਦੀ ਮਜ਼ਮਤ ਕੀ ਤੇ ਉਮੀਦ ਜ਼ਾਹਿਰ ਕੀ ਜੇ ਤਮਾਮ ਕਸ਼ਮੀਰੀ ਫਸਾਦੀ ਅਨਾਸਰ ਨਾ ਬੇਨਕਾਬ ਕਰਨ ਵਾਸਤੇ ਇੱਕ ਜੁਟ ਹੋ ਜਾਏਗਾ ਭਾਰਤ ਤੇ ਚੀਨ ਬਸ਼ਕਾਰ 13ਵਾਂ ਦੌਰ ਦੀ ਗੱਲ ਇਸ ਵੇਲੇ ਮੋਲਡੋ ਦਾ ਮਕਾਮ ਵੱਲ ਚੱਲ ਰਹੀ ਹੈ ਭਾਰਤੀ ਫੌਜ ਤੇ ਚੀਨ ਦੀ ਪੀਪਲਸ ਲਿਬਰੇਸ਼ਨ ਆਰਮੀ ਸਰਖਦੀ ਸੂਰਤ ਹਾਲ ਬਿਹਤਰ ਬਣਾਉਣ ਵਾਸਤੇ ਗੱਲਬਾਤ ਕਰ ਰਹੀ ਹੈ ਇਸ سلسلہ ਮਾ ਭਾਰਤੀ ਵਫਦ ਦੀ ਕਿਯਾਦਤ ਫਾਇਰ ਐਂਡ ਫਿਊਰੀ ਕੋਰ ਦਾ ਜੀਓਸੀ ਲੈਫਟੇਨੈਂਟ ਜਨਰਲ ਪੀਜੀ ਕੇ ਮੈਨਨ ਕਰ ਰਹੇ ਆਂ ਜਦ ਕਿ مغربی ਥੀਏਟਰ ਕਮਾਂਡਰ ਜਨਰਲ ਵੈਂਗ ਹੀ ਜੀਗਾਂਗ ਪੀਐਲਏ ਦੀ ਕਿਯਾਦਤ ਕਰ ਰਹੇ ਆਂ ਇਸ ਦੌਰ ਦੀ ਗੱਲਬਾਤ ਮਾ ਮਸ਼ਰਕੀ ਲਦਾਖ ਮਾ ਅਮਨ ਔ ਸਕੂਨ ਬਹਾਲ ਕਰਨ ਦਰ ਬੁਨਿਆਦੀ ਤਵੱਜਾ ਮਰਕੂਜ਼ ਹੈ ਵਾਜ਼ਰ ਹੈ ਜੇ ਇਸ ਸਿਲਸਿਲਾ ਕੀ 12ਵਾਂ ਦੌਰ ਕੀ ਗੱਲਬਾਤ ਨੇ ਅਸਲ ਕਬਜ਼ਾ ਲਕੀਰ ਵਰ ਅਮਨ ਔ ਸਕੂਨ ਕਾਇਮ ਰੱਖਣ ਵਾਸਤੇ ਚੰਗਾ ਨਤੀਜਾ ਦਿੱਤਾ ਤਾ ਤਾਂ ਇਸ سلسلہ ਮਾ ਸਿਰਫ April 2020 ਮਹੀਨ ਇੱਕ ਮਾੜਾ ਵਾਕਿਓ ਪੇਸ਼ ਆਇਓ ਅੱਜ ਕومی ਸ਼ਾਰਾਵਰ ਟਮਾਟਰ ਮੋੜ ਕੁਦਮਾ ਡੀਜ਼ਲ ਗਾ ਭਰਿਆ ਇੱਕ ਖਲਾ ਟੈਂਕਰ ਨੇ ਅੱਗ ਪਕੜ ਲਈ ਲੇਕਿਨ ਵਿਲੇਸੇਰ ਕੁਦ ਪੁਲਿਸ ਤੇ ਚਨਾਨੀ ਤੇ ਅੱਗ ਬੁਝਾਨ ਵਾਲਾ ਅਮਲਾ ਕੀ ਕਾਰਵਾਈ ਨੇ ਇੱਕ ਬੜੋ ਹਾਦਸਾ ਟਾਲ ਦਿੱਤੋ ਤੇਲ ਟੈਂਕਰ ਗਾ ਡਰਾਈਵਰ ਤੇ ਕੰਡਕਟਰ ਨਾ ਜਲਨ ਗਾ ਮਾਮੂਲੀ ਜ਼ਖਮਾਇਆ ਜਿਨਾਗੋ ਨਜ਼ਦੀਕੀ ਚਨਾਨੀ ਹਸਪਤਾਲ ਮਾ ਇਲਾਜ ਕੀ ਜਾਰੀ ਹੈ ਇਸ ਸਿਲਸਿਲੇ ਮਾ ਉਦਮਪੁਰ ala ਨਮਾਇੰਦ ਨੇ ਰਿਪੋਰਟ ਤੋਰੀ ਹੈ ਜੇ ਇਲਾਕਾ ਗਰੀ ਹਾਈਸ਼ੀ ਲੋਕਾਂ ਨੇ ਸਰਕਾਰ ਨ ਅਪੀਲ ਕੀ ਹੈ ਜੇ ਕਸ਼ਮੀਰ ਜਾਨ ala ਤੇਲ ਟੈਂਕਰਾਂ ਵਾਸਤੇ ਇੱਕ ਮੁਸਤਕਿਲ ਹਲ ਕੱਢਿਓ ਜੇ ਜਿਹੜਾ ਜੇ ਜੰਮੂ ਸਿਨਗਰ ਕੋਮੀਸ਼ਰਾ ਵਰ ਚਨਾਣੀ ਤੋਂ ਕੁਦ ਬੁਸ਼ਕਾਰ ਕੇ ਹੀ ਰੋਜ਼ ਤੱਕ ਖੜਾ ਰਹੇ कश्मीर जाने वाले ऑयल टैंकरों को चनैनी नाशी टनल से गुजरने की इजाजत नहीं है जिसकी वजह से इनको चनैनी से कुद बटोत के पुराने हाईवे से भेजा जाता है मगर अमूमन ये टैंकर दूसरे या तीसरे रोज यहाँ से आगे छोड़े जाते हैं और इनकी तादाद पाँच सौ ऐसी सात सौ तक होती है मगर इन टैंकरों की वजह से लगने वाले जाम के पेश नजर अमूमन हर रोज कई सियायों की फ्लाइट व ट्रेनें छूट जाती हैं। आकाशवाणी खबरों के लिए अनिल दुबे उधमपुर ਇਹ ਖਬਰ ਤੁਮ ਆਕਾਸ਼ਵਾਨੀ ਜੰਮੂ ਤੇ ਸੁਨ ਰਿਆ ਹੈ ਖਬਰਾਂ ਦਾ ਬਾਕੀ ਹਿੱਸਾ ਨਾਲ ਅਮੀਨ ਅੰਜੂਮ ਚੀਫ ਸੈਕਰੀਟਰੀ ਡਾਕਟਰ ਅਰੁਣ ਕੁਮਾਰ ਮਹਿਤਾ ਨੇ ਕੱਲ ਲੋਕਾਂ ਦੀ ਤਰਫੋਂ ਸਿਹਤ ਬਾਰੇ ਕੋਵਿਡ-19 ਦਾ ਸਿਲਸਲਾ ਮਾ ਰਦੇ ਅਮਲ ਕੋ ਜੈਜ਼ੋਲੈਂਡ ਦੇ ਖਾਤਰੇ ਕਮੇਟੀ ਦੀ ਸਦਾਰਤ ਕੀਤੀ ਉਹਨਾਂ ਨੇ ਜੰਮੂ ਕਸ਼ਮੀਰ ਕਾ 94 ਜ਼ਿਲਾਂ ਦੇ 27 ਕੀ ਜਿਤ 18-12 ਤੇ ਮਤੀ ਉਮਰ ਦਾ 100% ਲੋਕਾਂ ਨਾ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ ਇਨ ਜ਼ਿਲਾਂ ਮ ਪੋਚ ਰਾਵਣ ਸੰਬਾ ਤੇ ਅਨਤਨਾਗ ਜ਼ਿਲ੍ਹਾ ਸ਼ਾਮਲ ਹੈ ਉਹਨਾਂ ਨੇ ਖਬਰ ਫਿਰ ਕਿਉਂ ਜੇ ਬਾਕੀ ਰਹਿ ਗਿਆ ਜ਼ਿਲ੍ਹਾ ਮਾ ਕੋਸ਼ਿਸ਼ ਦੁਗਣੀ ਕਰਨ ਦੀ ਲੋੜ ਹੈ ਤਾਂ ਜੇ 100% ਅਹਿਲ ਅਫਰਾਦ ਨਾਲ ਕੋਵਿਡ-19 ਟੀਕਾ ਦੀ ਪਹਿਲੀ ਖੁਰਾਕ ਇੱਕ ਹਫਤਾ ਦੇ ਅੰਦਰ ਅੰਦਰ ਯਕੀਨੀ ਬਣਾਈ ਜਾ ਸਕੇ ਡਾਕਟਰ ਮਹਿਤਾ ਨੇ ਖਾਸ ਤੌਰ ਵਰ ਆਤਾ ਤਿਹਵਾਰੀ ਮੌਸਮ ਦੇ ਦੌਰਾਨ ਕੋਵਿਡ-19 ਰਹਿਮਾ ਖਤੂਤ ਵਰ ਸਖਤੀ ਨਾਲ ਅਮਲ ਕਰਨ ਦੀ ਜ਼ਰੂਰਤ ਵਰ ਜ਼ੋਰ ਪਾਇਓ ਇਸ ਸਿਲਸਲੇ ਮਾ ਨਫਾਜ਼ ਏਜੰਸੀ ਨਾਲ ਹਦਾਇਤ ਕੀਤੀ ਗਈ ਜਿਵੇਂ ਸਖਤੀ ਨਾਲ ਮਜਲਸੀ ਆਦਾਬ ਅਮਲਾਵੇਂ ਨਾਲੇ ਕਸੂਰਵਾਰਾਂ ਨਾ ਜੁਰਮਾਨੋ ਕਰੇ मुल्क गिर टीकाकारी मुहिम के तहत हम तो चौनानवे करोड़ सत्तर लाख की मती कोविड उन्नीस टीका खुराक दी जा चुकी है यह इस सिलसिला पिछले चौबी घंटे के दौरान छिया लाख पचासी हजार से मती टीका खुराक दी गई है इसे तरह पिछला चौबी घंटे के दौरान मुल्क मां अठारह ਹਜ਼ਾਰ ਤੇ ਮਤਾ ਤਾਜ਼ਾ ਕੋਵਿਡ-19 ਮਾਮਲਾ ਆਣ ਦੀ ਰਿਪੋਰਟ ਹੈ ਜਿਹੜਾ ਜੇ 214 ਤੇ ਆੜਾ ਮਾਸ ਤੇ ਕਾਟੇ ਜਦ ਕਿ 23000 ਤੇ ਮਤਾ ਲੋਕ ਸਿਹਤਯਾਬ ਹੋ ਗਿਆ ਇਸੇ ਅਰਸਾ ਦੇ ਦੌਰਾਨ 214 ਲੋਕ ਵਫਾਤ ਵੀ ਪਾ ਗਿਆ ਇਸ ਜ਼ਮਨ ਮਾ ਮਰਕਜ਼ੀ ਵਜ਼ਾਰਤ ਸਿਹਤ ਨੇ ਕਿਹਾ ਜੀ ਮੁਲਕ ਮਾ ਸਿਹਤਯਾਬੀ ਕੀ ਸ਼ਰਫੀਸਤ ਹੁਣ 97.99 ਤੱਕ ਪੁੱਜ ਗਈ ਅਜ ਜੈਨੀ ਸੇਤ ਬਾਰੇ ਆਲਮੀ ਤਿਹਾਡੋ ਮਨਾਇਓ ਜਾ ਰਿਹਾ ਹੈ ਯੋ ਤਿਹਾਡੋ ਹਰ ਸਾਲ 10 ਅਕਤੂਬਰ ਨਾ ਮਨਾਇਓ ਜਾਏ ਤਾਂ ਜੇ ਦੁਨੀਆ ਪਰ ਮ ਜੈਨੀ ਸੇਤ ਗਾ ਮਸਾਇਲ ਬਾਰੇ ਜਾਣਕਾਰੀ ਆਮ ਕੀ ਜਾ ਸਕੇ ਯੋ ਤਿਹਾਡੋ ਆਮ ਤਮਾਮ ਮਤਲਕੀਨ ਨਾ ਇੱਕ ਮੋਕਾ ਮਹਿਆ ਕਰਾਵੇ ਜਿਵੇਂ ਆਪਣਾ ਕੰਮ ਬਾਰੇ ਗੱਲ ਕਰੇ ਤਾਂ ਦਸੇ ਜੇ ਆਲਮਗੀਰ ਸਤਾ ਗਾ ਲੋਕਾ ਨਾ ਹੋਰ ਕੀ ਕਰਨੀ ਲੋੜ ਹੈ ਆਜ਼ਾਦੀ ਕਾ ਅਮਰਤ ਮੌਤ ਤੱਕ ਬਾਇ ਇੱਕ ਹਿੱਸਾ ਗੇ ਤੌਰ ਜ਼ਿਲ੍ਹਾ ਕਾਨੂੰਨੀ ਖਿਦਮਤ ਅਥਾਰਟੀ ਉਦੋਂਪੁਰ ਨੇ ਆਪਣਾ ਚੇਅਰਮੈਨ ਕੇ ਰਹਿਨਮਾਈ ਕੇ ਤਹਿਤ ਅੱਜ ਉਦੋਂਪੁਰ ਜ਼ਿਲ੍ਹਾ ਹਸਪਤਾਲ ਕੋ ਇਕ ਦੌਰਮ ਨਕਤ ਕਿ ਉਹ ਤਾਂ ਜੇ ਆਲਮੀ ਜ਼ੈਨੀ ਸਿਹਤ ਤਿਹੜੋ ਮਨਾਇਓ ਜਾ ਸਕੇ ਪ੍ਰੋਗਰਾਮ ਕੋ ਅਹ ਮਕਸਦ ਜ਼ੈਨੀ ਸਿਹਤ ਮਸਾਇਲ ਬਾਰੇ ਬੇਦਾਰੀ ਪੈਦਾ ਕਰਨੋ ਥੋ ਇਸ ਮੌਕੇ ਪਰ ਡਾਕਟਰ ਡਾਕਟਰਾਂ ਨੇ ਜ਼ੈਨੀ ਸਿਹਤ ਬਿਹਤਰ ਬਣਾਉਣ ਬਾਰੇ ਲੋਕਲੀ ਸਭ ਜੱਜ ਉਦੋਂਪੁਰ ਰਜਨੀ ਸ਼ਰਮਾ ਨੇ ਬੋਲਤਾ ਵਾ ਇਸ ਤਰ੍ਹਾਂ ਕਿਓ ਤੇ ਮੇਨ ਆਬਜੈਕਟਿਵ ਇਹ ਹੀ ਰਹਤਾ ਹੈ ਕਿ ਹਮ ਲੋਗੋ ਕੋ ਅਵੇਅਰ ਕਰਾਂ ਕਿ रहते हैं मेंटल हेल्थ के रिलेटेड और किस तरीके से हम उसे रिड्यूस कर सकते और जो है अवेयरनेस लोगों में जाती रहनी चाहिए कि किस तरीके से मैं ये भी समझती हूँ जुडिशियल हम लोगों को भी स्ट्रेस होता है ऐसे हर डिपार्टमेंट में हर इंसान जो घर से इतनी दिहाड़ी लगाने के लिए निकलता है हर किसी को स्ट्रेस लेवल है तो इस तरीके के प्रोग्राम होते रहे अवेयरनेस होती रही डॉक्टर्स जो है अवेयर करते रहे हम लोग अवेयर करते रहे तो ये जो लोग किसी हद तक जो है अपने आप को मेंटली स्कून जो है मेंटली पीस रख सकते ਮਿਊਨਿਸਪਲ ਕਾਉਂਸਲ ਕਟੂਆ ਕਸਬਾ ਨਾਲ ਜਿਦੀ ਤਰਜ਼ਾਂ ਬਰ ਤਰੱਕੀ ਦੇਤਾ ਵ ਗਲੀ ਨਾਲੀ ਤਾਮੀਰ ਕਰ ਰਹੀ ਹੈ ਇਸ ਸਿਸਟਮਾ ਮਿਊਨਿਸਪਲ ਕਾਉਂਸਲ ਕਟੂਆ ਦਾ ਸਦਰ ਨੇ ਕਾਉਂਸਲਰਾਂ ਗੇ ਹਮਰਾ ਵਾਰ ਨੰਬਰ 5 ਕਟੂਆ ਮੇ ਗਲੀਆਂ ਨਾਲੀਆਂ ਕੋ ਇਫਤਤਾਖੀ ਹੋ ਮਿਊਨਿਸਪਲ ਕਾਉਂਸਲ ਕਟੂਆ ਦਾ ਸਦਰ ਨੇ ਕਿਹਾ ਜੀ ਬੀਤੇ ਮਤੀ ਗਲੀਆਂ ਨਾਲੀਆਂ ਗਾਂ ਕੰਮ ਤਕਰੀਬਨ 1 ਕਰੋੜ 20 ਲੱਖ ਰੁਪਈਆ ਦੀ ਲਾਗਤ ਨਾਲ ਚੱਲ ਰਹੀਆਂ ਹਨ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਜਿਵੇਂ ਕਟੂਆ ਕਸਬਾ ਨਾਲ ਸਾਫ਼ ਸੁਥਰਾ ਬਣਾਉਣ ਵਾਸਤੇ ਬੱਕ ਬੱਕ ਕੂੜਾਦਾਨਾਂ ਕੋ ਇਸਤੇਮਾਲ ਕਰਨ ਇਸ ਸਿਸਟਮਾ ਐਮ ਸੀ ਸਦਰ ਨਰੇ ਸ਼ਰ भारत का जो हमारा नारा है उसके ऊपर तकरीबन तीन करोड़ रुपए के हमने ये टेंडर किए हैं आने वाले दिनों में ये भी काम हमारे शुरू हो जाएंगे तो हमारा एक ही नारा है सबका साथ सबका विकास जो मोदी साहब ने कहा है तो हर कम्युनिटी के इस शहर में काम हो रहे हैं और मैं लोगों को आपके माध्यम से ये भी अपील करता हूँ की ये जो हमारे सुबह ऑटो ट्रैक्टर टिप्पर जो निकलते हैं और रेडियो के अंदर सुबह सुभा हमारे सफाई कर्मचारी गलियों के अंदर जाते हैं अपना कचरा वो उसमें डाले ये आप ही का शहर है इसको साफ सुथरा रखने के लिए हमारा संजो करें म्यूनिस्पल काउंसिल कठुआ आपके लिए चौबीस घंटे हाजिर है ਪੁਰਜੋਸ਼ ਕਿਸਾਨ ਸਕੂਲੀ ਬੱਚਾਂ ਤੇ ਨਾਨਕਾਰਾਂ ਨੇ ਕੱਲ ਬੜੀ ਤਾਦਾਦ ਨਾਲ ਜ਼ਰਾਤ ਬਾਰੇ ਸ਼ਮਾਲੀ ਭਾਰਤ ਇਲਾਕੇ ਦੇ ਮੇਲੇ 'ਮਾ' ਸ਼ਰਕਤ ਕੀਤੀ ਤਾਂ ਜੇ ਸਕਾਸਟ ਜੰਮੂ ਮਾ ਯੂਨੀਵਰਸਿਟੀ ਦੀ ਤਰਫੋਂ ਆਜਾਦ ਕੀ ਗਏ ਟੈਕਨੋਲੋਜੀ ਦੇਖੀ ਜਾ ਸਕਿਆ ਇਸ ਸਿਸਟਮ ਮਾ ਜ਼ਰੇ ਤਾਲੀਮ ਬਾਰੇ ਸਕੂਲੀ ਬੱਚਾਂ ਦੀ ਖਾਤਰ ਇੱਕ ਖਸੂਸੀ ਜਲਾਸਵੀ ਮਨਕਦ ਕੀਯੋਗਿਓ ਪ੍ਰੋਫੈਸਰ ਜੇਪੀ ਸ਼ਰਮਾ ਵਾਈਸ ਚਾਂਸਲਰ ਸਕਾਸਟ ਜੰਮੂ ਨੇ ਸਕੂਲੀ ਬੱਚਾਂ ਨ ਤਹਿਰੀਕ ਦਿੱਤੀ ਜਿਵੇਂ 10ਵੀਂ ਜਮਾਤੇ ਬਾਅਦ ਜ਼ਰੇ ਤਾਲੀਮ ਕੇ ਤੌਰ ਜ਼ਰਾਤ ਬਾਗਬਾਨੀ ਜੰਗਲਾਤ जरिए इंजीनियरिंग से माल का इलाज बारे वेटनरी साइंस को इंतख करें मेला के तीजे ध्याे फल सब्ज़ी के फुलों की नुमाइश लाई गई इस नुमाइश को मकसद किसाना ने फूल सब्ज़ी से फलों की काश्त को इंतखब करने की तहरीक देना थो क्योंकि ये नकद फसलें नाले बड़ो मतो फायदों भी दें ਸੁਪਰੀਮ ਕੋਰਟ ਦਾ ਜੱਜ ਜਸਟਿਸ ਐਸ ਰਵਿੰਦਰ ਭਟ ਨੇ ਕੱਲ ਜੰਮੂ ਕਸ਼ਮੀਰ ਤੇ ਲਦਾਖ ਮਾ ਨਾਬਾਲਗ ਬੱਚਿਆਂ ਬਾਰੇ ਨਿਜ਼ਾਮ ਦੀ ਅਮਲ ਆਵਰੀ ਦਾ سلسلہ ਮਾ ਚੌਥੀ ਗੋਲ ਮੇਜ਼ ਕਾਨਫਰੰਸ ਕੋ ਐਸਕੇਆਈਸੀਸੀ ਸੇ ਨਗਰ ਮਾ ਇਫਤਤਾਹ ਕੀਓ ਕਾਨਫਰੰਸ ਕੋ ਇਨਕਾਦ ਭਾਰਤੀ ਸੁਪਰੀਮ ਕੋਰਟ ਤੇ ਜੰਮੂ ਕਸ਼ਮੀਰ ਔਰ ਲਦਾਖ ਹਾਈ ਕੋਰਟ ਦੀ ਨਾਬਾਲਗ ਨੌਜਵਾਨਾਂ ਦਾ ਇਨਸਾਫ ਬਾਰੇ ਕਮੇਟੀ ਨੇ ਜੰਮੂ ਕਸ਼ਮੀਰ ਸਰਕਾਰ ਔਰ यूनिसेफ গা 타বন ਨਾਲ ਕੀ ਹੋਤੋ ਜੰਮੂ ਕਸ਼ਮੀਰ ਦਾ ਲਦਾਖ ਹਾਈ ਕੋਰਟ ਦਾ ਜਸਟਿਸ ਚੀਫ ਜਸਟਿਸ ਜਸਟਿਸ ਪੰਕਜ ਮਿੱਥਲ ਜੰਮੂ ਕਸ਼ਮੀਰ ਉਹ ਲਦਾਖ ਹਾਈ ਕੋਰਟ ਦੀ ਨਾਬਾਲਗ ਨੌਜਵਾਨਾਂ ਦਾ ਇਨਸਾਫ ਵਾਸਤੇ ਜੁਵਨਲ ਜਸਟਿਸ ਕਮੇਟੀ ਦਾ ਚੇਅਰਮੈਨ ਜਸਟਿਸ ਅਲੀ ਮਮਨ ਮਾਗਰੇ ਜਸਟਿਸ ਤਾਸ਼ੀ ਰਬਸਤਾਨ ਜੰਮੂ ਕਸ਼ਮੀਰ ਔਰ ਲਦਾਖ ਹਾਈ ਕੋਰਟ ਦਾ ਜੱਜ ਡਾਕ ਜੱਜ ਡਾਇਰੈਕਟਰ ਜਨਰਲ ਪੁਲਿਸ ਦਿਲਬਖ ਸਿੰਘ ਤੇ ਕਈ ਦੂਜਾ ਮੁਤਲਕੀਨ ਨੇ ਇਫਤਤਾਹੀ ਖਤਾਬ ਮਾ ਵਰਚੁਅਲ ਤੇ ਜਸਮਾਨੀ ਦੋਹਾਂ ਤਰੀਕਿਆਂ ਨਾਲ ਹਿੱਸੋ ਲਿਓ ਕਾਨਫਰੰਸ ਮਾ ਇਫਤਤਾਹੀ ਖਤਾਬ ਕਰਤਾ ਮਾ ਜਸਟਿਸ ਐਸਰ ਰਵਿੰਦਰ ਭੱਟ ਨੇ ਕਿਹਾ ਜੇ ਉਹਨਾਂ ਨਾਬਾਲਗ ਨੌਜਵਾਨਾਂ ਔਰ ਬੱਚਾਂ ਦਾ ਮਸਾਇਲਾ ਬੜਾ ਪੈਮਾਨਾ ਰੋਕ ਗੱਲਬਾਤ ਔਰ ਤਬਦਲ ਖਿਆਲ ਕਰਨ ਦੀ ਲੋੜ ਹੈ ਜਿਹੜਾ ਜੇ ਕਾਨੂੰਨ ਨਾਲ ਝਗੜਾ ਕੇ ਅੰਦਰੇ ਉਹਨਾਂ ਨੇ ਜ਼ੋਰ ਪਾਇਓ ਜੇ ਜੰਮੂ ਕਸ਼ਮੀਰ ਤੇ ਲਦਾਖਾ ਦਾ ਤਮਾਮ 22 ਜ਼ਿਲ੍ਹਾ ਮਾ 22 ਜੇ ਜੇ ਬੋੜਾਣਾ फाल बनाए जाने चाहिए तजाम ना मजबूती मिल सै जस्टिस पंकज मिथल ने अपना ख्याल को जहर करताव क्योज इस कॉन्फ्रेंस का मकसद नाबालिग नौजवां ना इंसाफ देने बारे नज़ाम को जायजो लेना थो इस करी गोजरिमा ख़बरों को गो यह बुलेटिन खत्म हो